ਵੈਸੇ ਤਾਂ ਪੰਜਾਬ ਪੁਲਿਸ ਸਿਆਸੀ ਦਬਾਅ ਹੇਠ ਕੰਮ ਕਰਦੀ ਆਮ ਦੇਖੀ ਜਾਂਦੀ ਹੈ, ਪਰ ਤਾਜ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਥਾਣਾ ਜੈਤੋ ਦੇ ਮੁੱਖ ਅਫਸਰ ਮੁਖਤਿਆਰ ਸਿੰਘ ਦੀ ਗੱਡੀ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਜੈਤੋ ਸ਼ਹਿਰ ਦੇ ਲੋਕਾਂ ਵੱਲੋਂ SHO ਦੇ ਇਸ ਰਵੱਈਏ 'ਤੇ ਸਵਾਲ ਉਠਾਏ ਜਾ ਰਹੇ ਨੇ। ਲੋਕਾਂ ਦਾ ਕਹਿਣਾ ਕਿ SHO ਆਪਣੇ ਰਾਜਸੀ ਕਾਮਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗਿਆ ਹੋਇਆ, ਜਦੋਂ ਕਿ ਆਏ ਦਿਨ ਸ਼ਹਿਰ ਦੇ ਵਿੱਚ ਵੱਡੀਆਂ ਅਪਰਾਧਿਕ ਵਾਰਦਾਤਾਂ ਹੋ ਰਹੀਆਂ ਨੇ। ਜਗਤ ਸੇਵਕ ਵੈਬ TV ਲਈ ਫਰੀਦਕੋਟ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ। ਜਿਹੜੇ ਜੈਤੋ ਮੰਡੀ ਦੇ ਹਾਲਾਤ ਹੈ ਅੱਜ ਦਾ ਟਾਈਮ ਕੀ ਹੈ, ਅੱਜ ਦਾ ਟਾਈਮ ਸਾਡੇ ਜੈਤੋ ਮੰਡੀ ਦੇ ਚੋਰੀਆਂ ਦਾ ਸੈਸ਼ਨ ਚੱਲ ਰਿਹਾ। ਇੱਥੇ ਹਫ਼ਤੇ ਬਾਅਦ ਚੋਰੀਆਂ ਹੋ ਰਹੀਆਂ, ਮੈਨੂੰ ਨਹੀਂ ਪਤਾ ਕਿਉਂ ਹੋ ਰਹੀਆਂ, ਮੈਨੂੰ ਨਹੀਂ ਪਤਾ ਪੁਲਿਸ ਕੀ ਕਰ ਰਹੀ ਹੈ, ਪਰ ਪੁਲਿਸ ਨੂੰ ਮੈਂ ਇੱਕ ਸੁਝਾਅ ਜ਼ਰੂਰ ਦੇਣਾ ਚਾਹੁੰਦਾ ਆਪਣੇ ਵੱਲੋਂ ਕਿ ਲੀਡਰਾਂ ਦੀ ਰਖਵਾਲੀ ਨਾ ਕਰਨ, ਲੋਕਾਂ ਦੀ ਰਖਵਾਲੀ ਕਰ ਲੈਣ, ਇੰਨਾ ਹੀ ਬਹੁਤ ਹੈ। ਜੋ ਉਹਨਾਂ ਦੀ ਐਕਚੁਅਲ ਡਿਊਟੀ ਆ ਉਹ ਕਰ ਲੈਣ, ਲੀਡਰਾਂ ਦੇ ਅੱਗੇ ਪਿੱਛੇ ਜਾਣ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ, ਲੀਡਰ ਆਪਦੀ ਸਿਕਿਉਰਿਟੀ ਆਪ ਰੱਖ ਸਕਦੇ ਆ। ਲੋਕਾਂ ਦੀ ਸਿਕਿਉਰਿਟੀ ਵਾਸਤੇ ਪੁਲਿਸ ਬਣੀ ਹੈ, ਉਹ ਲੋਕਾਂ ਦੀ ਸਿਕਿਉਰਿਟੀ ਹੀ ਦਿੱਤੀ ਜਾਵੇ। ਜਿੱਦਾਂ ਪਤਾ ਲੱਗਿਆ ਹੈਗਾ ਕਿ ਜਿਹੜਾ ਹੈਗਾ ਲੋਕਲ ਸਟੇਸ਼ਨ ਦਾ MP ਆ, ਉਹਨਾਂ ਦੇ ਰਿਸ਼ਤੇਦਾਰ ਇੱਥੇ ਰਹਿੰਦੇ ਨੇ, SHO ਉਹਨਾਂ ਦੀ ਕੁਰਮਚਾਰੀ 'ਚ ਲੱਗਿਆ ਰਹਿੰਦਾ, ਕੋਈ ਵੀਡੀਓ ਵਾਇਰਲ ਹੋਈ ਹੈ, ਕੀ ਹੈ? ਹਾਂ, ਇਸ ਤਰ੍ਹਾਂ ਦੀ ਖਬਰ ਮੈਂ ਵੀ ਸੁਣੀ ਸੀ, ਪੜ੍ਹੀ ਸੀ, ਇੱਕ ਖਬਰ ਛੱਪੀ ਸੀ ਪਿਛਲੇ ਦਿਨੀ ਵੀ ਉਹ ਉਹਨਾਂ ਦੀ ਗੱਡੀ ਨੂੰ ਸਪੋਰਟ ਕਰਕੇ ਜਾ ਰਿਹਾ ਸੀਗਾ। ਇਸ ਗੱਲ 'ਚ ਸੱਚਾਈ ਵੀ ਹੈ, ਦੇਖਿਆ ਵੀ ਜਾ ਰਿਹਾ, ਪਰ ਪਤਾ ਨਹੀਂ ਕਿਉਂ ਇਹਦੇ ਪਿੱਛੇ ਕੀ ਕਹਾਣੀ ਹੈ, ਮੈਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦਾ। ਪਰ ਮੈਂ SHO ਨੂੰ ਇੱਕ ਰਾਇ ਜ਼ਰੂਰ ਦੇਣੀ ਚਾਹੁੰਦਾ ਵੀ ਪਲੀਜ਼ ਲੋਕਾਂ ਦੀ ਸਿਕਿਉਰਿਟੀ ਹੀ ਕਰ ਲੈਣ, ਲੀਡਰਾਂ ਦੀ ਨਾ ਕਰਨ। ਮੈਂ ਤੁਹਾਨੂੰ ਮੇਨਲੀ ਇਹ ਕਹਿਣਾ ਚਾਹੁੰਦਾ ਕਿ ਇੱਥੋਂ ਜਿਹੜੇ ਸਾਡੇ ਜਨਾਬ ਮੁਹੰਮਦ ਸਦੀਕ ਜੀ MP ਹੈ, ਉਹਨਾਂ ਦੇ ਰਿਸ਼ਤੇਦਾਰ ਹੈ, ਜਾਂ ਤਾਂ ਪੁਲਿਸ, ਮਤਲਬ ਕੋਈ ਆਪਾਂ ਲਾ ਲਈਏ ਕਿ MP ਸਾਹਿਬ ਉਹਨਾਂ ਦੀ ਸਿਕਿਉਰਿਟੀ ਤਾਂ ਚਲੋ ਮੰਨ ਲਿਆ, ਬਣਦੀ ਹੈ, ਰਿਸ਼ਤੇਦਾਰਾਂ ਦੀ ਸਿਕਿਉਰਿਟੀ ਕਰ ਲਏ ਜਾਂ ਲੀਡਰਾਂ ਦੀ ਸਿਕਿਉਰਿਟੀ ਕਰ ਲਏ, ਅਤੇ ਜਾਂ ਫਿਰ ਇਹ ਹੈ ਕਿ ਆਮ ਲੋਕਾਂ ਦੀ ਸਿਕਿਉਰਿਟੀ ਮੈਂ ਸਮਝਦਾ ਕਿ ਚੰਗੀ ਗੱਲ ਹੈ ਜੀ ਕੀਤੀ ਜਾਵੇ, ਕਿਉਂਕਿ ਪਿਛਲੇ ਦਿਨ ਇੱਥੇ ਇੱਕ 1.5 ਮਹੀਨੇ ਤੱਕ ਸੀਜ਼ਨ ਚੱਲਿਆ ਹੋਇਆ ਚੋਰੀਆਂ ਦਾ, ਲੁੱਟਾਂ ਖੋਹਾਂ ਦਾ, ਜੋ ਕਿ ਲਗਾਤਾਰ ਜੈਤੋ ਮੰਡੀ ਦੇ ਵਿੱਚ ਲੁੱਟਾਂ ਖੋਹਾਂ ਚੋਰੀਆਂ ਬਹੁਤ ਹੀ, ਹਰ ਰੋਜ਼ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਇੱਕ ਸਾਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਅੱਜ ਵੀ ਕਿਸੇ ਦਾ ਜਨਰੇਟਰ ਟੁੱਟਿਆ ਹੋਊਗਾ। ਉਹਦੇ ਵਿੱਚ ਸ਼ਹਿਰ ਵਾਸੀਆਂ ਜੀ ਬਿਲਕੁਲ ਰੋਸ ਹੈ ਜੀ, ਲੀਡਰ ਜੋ ਨੁਮਾਇੰਦੇ ਹੁੰਦੇ ਆ, ਲੋਕਾਂ ਦੇ ਨੁਮਾਇੰਦੇ ਹੁੰਦੇ ਆ, ਚੁਣ ਕੇ ਭੇਜਦੇ ਆ, ਠੀਕ ਹੈ, ਜੋ ਲਿਮਿਟ ਹੁੰਦੀ ਹੈ ਲੀਡਰਾਂ ਨੂੰ, ਇੱਕ ਆਮ ਲੋਕਾਂ 'ਚ ਆਉਣਾ ਚਾਹੀਦਾ, ਸਗੋਂ ਉਹਨਾਂ ਨੂੰ SHO ਨੂੰ ਇਹ ਸੁਚੇਤ ਕਰਨਾ ਚਾਹੀਦਾ ਕਿ ਉਹ ਲੋਕਾਂ ਦੇ ਵਿੱਚ ਆ ਕੇ ਬੈਠਣ, ਲੋਕਾਂ ਦੀਆਂ ਸਮੱਸਿਆਵਾਂ ਸੁਣਨ। ਹਾਲਾਂਕਿ ਇਸ ਦੀ ਬਜਾਏ ਕਿ ਲੀਡਰ ਆਪਦੇ ਅੱਗੇ ਲਾਈ ਫਿਰਦੇ ਜਾਂ SHO ਆਪ ਉਹਦੀ ਅਗਵਾਈ ਕਰ ਰਿਹਾ, ਅਤੇ ਇੱਕ ਪਾਸੇ ਪੰਜਾਬ ਸਰਕਾਰ ਜੋ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਕਿ ਜੋ ਸਾਡੀ ਇੱਕ ਆਮ ਆਦਮੀ ਵਾਲੀ ਜ਼ਿੰਦਗੀ ਅਸੀਂ ਜਿਉਂਦੇ ਹਾਂ ਬਿਨਾਂ ਸਿਕਿਉਰਿਟੀ ਦੇ, ਹੋਰ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਇੱਕ ਝੂਠੇ ਦਾਅਵੇ ਆਏ, ਔਰ ਬਿਲਕੁਲ ਗਲਤ ਹੈ। ਜੋ MP ਦਾ ਰਿਸ਼ਤੇਦਾਰ ਆ ਉਹਦੇ ਕੋਲ ਕੋਈ ਸੰਵਿਧਾਨ ਨਹੀਂ ਕਹਿੰਦਾ ਜਾਂਦਾ? ਦੇਖੋ ਜੀ, ਜੋ ਚੁਣਿਆ ਹੋਇਆ MP ਹੈ ਉਹ ਤਾਂ ਲੋਕਾਂ ਦਾ ਚੁਣਿਆ ਹੋਇਆ, ਮੁਹੰਮਦ ਸਦੀਕ ਜੀ ਅਸੀਂ ਵੀ ਕਹਿੰਦੇ ਹਾਂ ਵੈਲਕਮ ਕਰਦੇ, ਉਹਨਾਂ ਦਾ ਕੋਈ ਇਹੋ ਜਿਹੀ ਗੱਲ ਨਹੀਂ, ਪਰ ਉਹਨਾਂ ਦੇ ਰਿਸ਼ਤੇਦਾਰ ਜੇ ਆਪਾਂ ਗਿਣ ਲੱਗ ਜਾਈਏ ਤਾਂ ਫਿਰ ਸਿਕਿਉਰਿਟੀ ਬਹੁਤ ਘੱਟ ਹੈ, ਫਿਰ ਇਹਨਾਂ ਨੂੰ ਚਾਹੀਦਾ ਕਿ ਘੱਟੋ ਘੱਟ 500-400 ਬੰਦਾ ਚਾਹੀਦਾ ਜੀ। ਇੱਕ MP ਦੇ ਰਿਸ਼ਤੇਦਾਰ ਨੂੰ ਸਿਕਿਉਰਿਟੀ ਦੇਣੀ ਹੈ ਤਾਂ ਸਾਰਿਆਂ ਨੂੰ ਵੀ ਅਲੱਗ ਅਲੱਗ ਥਾਵਾਂ 'ਤੇ ਸਿਕਿਉਰਿਟੀ ਦੇਣੀ ਜ਼ਰੂਰੀ ਹੈ, ਲੋਕਾਂ ਨੂੰ ਛੱਡ ਦਿਓ ਫਿਰ ਆਪਣੇ ਆਪ ਹੀ MP ਬਣ ਜਾ। ਕਾਨੂੰਨ ਵਿਵਸਥਾ ਬਿਲਕੁਲ ਵਿਗੜੀ ਹੋਈ ਹੈ ਜੀ ਸ਼ਹਿਰ ਦੇ ਹਾਲਾਤ ਨੂੰ ਮੈਂ ਦੱਸਾਂ ਕਿ ਇੱਕ ਮੈਂ ਪੰਚਾਇਤ ਜੈਤੋ ਪੰਚਾਇਤ ਦਾ ਆਗੂ ਜੋ ਸ਼ਹਿਰ ਵੱਲੋਂ ਚੁਣੀ ਗਈ ਹੈ, ਪਰ ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਸ਼ਹਿਰ ਦੇ ਕੰਮ ਇੰਨੇ, ਤੁਸੀਂ ਆਪ ਦੇਖੋ ਕਿ ਸ਼ਹਿਰ ਦਾ ਹਰੇਕ ਰਸਤਾ ਬੰਦ ਹੋਇਆ ਪਿਆ, ਵਪਾਰ ਠੱਪ ਹੋਏ ਪਏ ਆ, ਇੱਥੋਂ ਦੇ ਆਮ ਲੋਕ ਜਿਵੇਂ ਬੱਚਾ ਵਿਲਕਦਾ ਹੁੰਦਾ ਵਿਲਕ ਰਹੇ ਆ, ਪਰ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਦੀ ਵੀ ਆਏ, ਪਤਾ ਨਹੀਂ ਕਿਹੜੀ ਐਸ਼ ਪ੍ਰਸਤੀ ਦੇ ਵਿੱਚ ਕੰਮ ਚੱਲ ਰਿਹਾ, ਪਰ ਲੋਕਾਂ ਦੇ ਲਈ ਇਹਨਾਂ ਕੋਲ ਜਾਂ ਇੱਥੋਂ ਦੇ ਸੰਵਿਧਾਨਕ ਆਗੂਆਂ ਕੋਲ ਜਾਂ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਕੋਲ ਕਿਸ ਤਰ੍ਹਾਂ ਦਾ ਕੋਈ ਟਾਈਮ ਨਹੀਂ ਹੈਗਾ, ਅਤੇ ਲੋਕ ਰੁਲਦੇ ਫਿਰਦੇ ਆ, ਬਿਲਕੁਲ ਸੜਕਾਂ 'ਤੇ ਰੋ ਰਹੇ ਆ, ਬਹੁਤ ਬੁਰਾ ਹਾਲ ਹੈ ਲੋਕਾਂ ਦਾ। ਅੱਜ ਦੀ ਘੜੀ ਜੇ ਮੈਂ ਲਾਵਾਂ ਤਾਂ ਦੱਸਾਂ, ਮਗਰ
ਤਿੰਨ ਦੁਕਾਨਦਾਰ ਜਿਹੜੇ ਰੋ ਰਹੇ ਜਿਹੜੇ ਲੁੱਟੇ ਜਾ ਚੁੱਕੇ ਆ ਔਰ ਹਰ ਰੋਜ਼ ਇੱਕ ਨਾ ਇੱਕ ਲੁੱਟ ਖੋ ਹੁੰਦੀ ਜੱਤੋ ਮੰਡੀ ਦੇ ਵਿੱਚ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈਗੀ ਹੈ ਜੈਤੋ ਦੀ, ਉਹਦੇ ਬਾਰੇ ਕੀ ਕਹਿਣਾ ਚਾਹੋ? ਮੈਨੂੰ ਮੇਰੇ ਧਿਆਨ ਸੁਣਿਆ ਹੈ, ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਉਹਦੇ ਮੁਤਾਬਕ ਜੇ ਕੋਈ ਕਿਸੇ ਦੀ ਗਲਤੀ ਹੋਵੇ ਉਹ ਕਰ ਰਹੇ ਹੋ ਜੀ।